ਮੈਨੂੰ ਕੋਈ ਚਿੱਟਾ ਭੁੱਕੀ ਵੀ ਕੁਛ ਤਾਂ ਲਿਆ ਦੋ, ਉਹ ਮੇਰੀ ਜਾਨ ਨਿਕਲੀ ਜਾਂਦੀ ਆ। ਨਾ ਹੁਣ ਤੈਨੂੰ ਕਿੱਥੋਂ ਲਿਆਦਾ ਨਸ਼ਾ, ਹਾਏ ਰੱਬਾ, ਕੋਈ ਵਧੀਆ ਡਾਕਟਰ ਮਿਲ ਜੇ ਤੇ ਇਹਦਾ ਇਲਾਜ ਕਰਾ ਦਈਏ। ਪਰ ਤੁਸੀਂ ਇਹਨੂੰ ਓਰੀਸਨ ਹਸਪਤਾਲ ਲੁਧਿਆਣੇ ਲੈ ਜਾਓ, ਉੱਥੇ ਨਸ਼ਿਆਂ ਦੇ ਮਾਹਰ ਡਾਕਟਰ ਗੁਰਪ੍ਰਤਾਪ ਸਿੰਘ ਸੰਧੂ ਬਹੁਤ ਵਧੀਆ ਇਲਾਜ ਕਰਦੇ ਆ। ਉਹ ਇੱਕ ਜੀਭ ਥੱਲੇ ਰੱਖਣ ਵਾਲੀ ਗੋਲੀ ਵੀ ਦਿੰਦੇ ਆ। ਜਿਹੜਾ ਬਾਹਰੋਂ ਗੋਲੀਆਂ ਦਾ ਪੱਤਾ 380 ਰੁਪਏ ਦਾ ਮਿਲਦਾ, ਉੱਥੇ ਉਹ 75 ਰੁਪਏ ਦਾ ਮਿਲਦਾ। ਚਲੋ ਹੁਣ ਛੇਤੀ ਕਰੋ, ਚਲੋ ਚਲੋ ਆ ਜਾਓ ਓਰੀਸਨ ਹਸਪਤਾਲ, ਜਿੱਥੇ ਮਹਾ ਡਾਕਟਰ ਗੁਰਪ੍ਰਤਾਪ ਸਿੰਘ ਸੰਧੂ ਨਸ਼ੇ ਦੀ ਦਲਦਲ ਵਿੱਚ ਡੁੱਬ ਚੁੱਕੇ ਲੋਕਾਂ ਨੂੰ ਇਸ ਦਲਦਲ ਵਿੱਚੋਂ ਕੱਢ ਰਹੇ ਹਨ। ਮੈਂ ਡਾਕਟਰ ਗੁਰਪ੍ਰਤਾਪ ਸਿੰਘ ਸੰਧੂ, MD ਸਾਈਕੈਟਰੀ, MD ਮਨੋਰੋਗ, ਓਰੀਸਨ ਹਸਪੀਟਲ ਦੇ ਵਿੱਚ ਮੈਂ ਐਜ਼ ਚੀਫ ਸਾਈਕੈਟਰਿਸਟ, ਚੀਫ ਮਨੋਰੋਗ ਡਾਕਟਰ ਮੈਂ ਕੰਮ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਪੰਜਾਬ ਸਰਕਾਰ ਨੂੰ, ਆਪਣੇ ਸਿਹਤ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਵਧਾਈ ਦਿੰਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਇਤਿਹਾਸਿਕ ਫੈਸਲਾ ਲਿਆ ਕਿ ਜਿਹੜੀ ਪੰਜਾਬ ਵਿੱਚ ਨਸ਼ੇ ਦੀ ਪ੍ਰੋਬਲਮ ਸੀਗੀ, ਜਿਹੜਾ ਮੇਨ ਅਫੀਮ ਅਤੇ ਅਫੀਮ ਦੇ ਨਾਲ ਰਿਲੇਟਡ ਨਸ਼ੇ ਸੀਗੇ, ਜਿੱਦਾਂ ਕਿ ਚਿੱਟਾ, ਸਮੈਕ, ਭੁੱਕੀ, ਡੋਡੇ, ਉਹ ਸਾਰਿਆਂ ਦੇ ਜਿਹੜੇ ਟ੍ਰੀਟਮੈਂਟ ਦੇ ਜਿਹੜਾ ਸਭ ਤੋਂ ਬੈਸਟ ਗੋਲੀ ਸੀਗੀ, ਜਿਹੜੀ ਜੀਭ ਥੱਲੇ ਰੱਖਣ ਵਾਲੀ ਗੋਲੀ, ਜਿਹਦਾ ਪੱਤਾ ਪਹਿਲਾਂ 380 ਰੁਪਏ ਦਾ ਸੀ, ਹੁਣ ਸਿਰਫ ਉਹਨਾਂ ਨੇ ਪ੍ਰਾਈਸ ਕੈਪਿੰਗ ਕਰਕੇ 75 ਰੁਪਏ ਤੱਕ ਕਰ ਦਿੱਤਾ। ਅਸੀਂ ਡਾਕਟਰ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ ਅਤੇ ਇਹਦੇ ਨਾਲ ਗਰੀਬ ਮਰੀਜ਼ਾਂ ਦਾ ਬਹੁਤ ਫਾਇਦਾ ਹੋਵੇਗਾ। ਹੁਣ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਹਨ, ਉਹ ਸਿਰਫ ਇਸ ਦਵਾਈ ਨੂੰ ਬਿਨਾਂ ਮਤਲਬ ਤੋਂ, ਬਿਨਾਂ ਸਲਾਹ ਤੋਂ ਜ਼ਿਆਦਾ ਟਾਈਮ ਆਪਣੇ ਆਪ ਹੀ ਨਾ ਖਾਈ ਜਾਣ, ਡਾਕਟਰੀ ਸਲਾਹ ਲੈਣ, ਅਤੇ ਇਹ ਦਵਾਈ ਬੜੇ ਆਰਾਮ ਨਾਲ, ਇਹਦੀ ਜਿਹੜੀ ਡੋਜ਼ ਹੈ ਇਹ ਸਮੇਂ ਦੇ ਨਾਲ ਘਟਾਈ ਜਾ ਸਕਦੀ ਹੈ ਅਤੇ ਬੰਦ ਵੀ ਕੀਤੀ ਜਾ ਸਕਦੀ ਹੈ। ਕਿ ਮਰੀਜ਼ ਜਦੋਂ ਨਸ਼ਾ ਸ਼ੁਰੂ ਕਰਦਾ, ਉਸ ਤੋਂ ਜਿਹੜੀ ਉਹਦੀ ਪਹਿਲਾਂ ਵਾਲੀ ਜ਼ਿੰਦਗੀ ਹੁੰਦੀ ਹੈ, ਜਦੋਂ ਉਹ ਕਾਲਜ ਵਿੱਚ ਪੜ੍ਹਦਾ ਹੁੰਦਾ, ਉਸ ਜ਼ਿੰਦਗੀ ਵਿੱਚ ਅਸੀਂ ਮਰੀਜ਼ ਨੂੰ ਬਚਾ ਸਕਦੇ ਹਾਂ। ਸਾਡੇ ਹਸਪਤਾਲ ਦੇ ਵਿੱਚ ਹਰ ਸਹੂਲਤ ਹੈ, ਮੇਨ ਰੋਡ ਉੱਤੇ ਹਸਪਤਾਲ ਹੈ। ਇਹਦੇ ਵਿੱਚ ਮਨੋਰੋਗ ਬਿਮਾਰੀਆਂ ਜਿੱਦਾਂ ਕਿ ਡਿਪਰੈਸ਼ਨ, ਹੋਰ ਜਿੱਦਾਂ ਕਿ ਆਪਣੇ ਜਵਾਨਦੂਰ ਤੌਰ 'ਤੇ ਮਨਦੂਰ ਦੀ ਬੱਚੇ ਅਤੇ ਬਾਕੀ ਸਾਰੀਆਂ ਮਨੋਰੋਗ ਬਿਮਾਰੀਆਂ ਦੇ ਇਲਾਜ ਦਾ ਵੀ ਪੂਰਾ ਸਾਡਾ ਡਿਪਾਰਟਮੈਂਟ ਹੈ, ਪੂਰਾ ਪ੍ਰਬੰਧ ਹੈ। ਮੇਰੀ ਇਹੀ ਮੈਸੇਜ ਹੈ ਲੋਕਾਂ ਨੂੰ ਕਿ ਆਪਣੇ ਬੱਚਿਆਂ ਨੂੰ ਸਹੀ ਰਾਹ 'ਤੇ, ਜਿਹੜੇ ਨਸ਼ੇ ਦੇ ਆਦੀ ਹੋ ਗਏ ਹਨ, ਸਹੀ ਰਾਹ 'ਤੇ ਲੈ ਕੇ ਆਓ ਅਤੇ ਇਸ ਇਤਿਹਾਸਿਕ ਫੈਸਲੇ ਦਾ ਸਹੀ ਆਪਣਾ ਉਹਨਾਂ ਦਾ ਇਲਾਜ ਕਰਾਓ। ਕਈ ਹੁਣ ਜਗ੍ਹਾ 'ਤੇ ਮੈਂ ਇਹ ਇਲਾਜ ਸਹੀ ਨਹੀਂ ਹੋਇਆ, ਤਾਂ ਇਹ ਫੈਸਲਾ ਸਰਕਾਰ ਨੇ ਕੀਤਾ ਹੈ ਅਤੇ ਸਾਡੇ ਹਸਪਤਾਲ ਵਿੱਚ ਸਾਰੀਆਂ ਚੀਜ਼ਾਂ ਦੀਆਂ ਡਾਇਗਨੋਸਟਿਕ ਫੈਸਿਲਿਟੀਆਂ ਹਨ, ਜਿੱਦਾਂ ਕਿ MRI, CT ਸਕੈਨ, EEG, ECG, ਐਕਸਰੇ, ਅਲਟਰਾਸਾਊਂਡ, ਫਾਈਬਰੋ ਸਕੈਨ ਅਤੇ ਜਿਹੜੀ ਕਿ ਪੋਲੋ ਲੈਬੋਰਟਰੀਜ਼ ਬਹੁਤ ਮਸ਼ਹੂਰ ਹੈ ਹਾਰਟ ਟੈਸਟ ਕਰਨ ਵਾਸਤੇ, ਉਹ 24 ਘੰਟੇ ਸਾਡੀ ਰਨਿੰਗ ਐਮਰਜੈਂਸੀ ਹੈ। ਹਰ ਵੇਲੇ 24 ਘੰਟੇ ਇੱਕ ਕੁਆਲੀਫਾਈਡ ਡਾਕਟਰ ਤੈਨਾਤ ਹੁੰਦਾ ਹੈ। ਐਂਬੂਲੈਂਸ ਸਰਵਿਸ ਹੈ, ਇੱਕ ਫੋਨ 'ਤੇ ਜਿੱਥੇ ਵੀ ਪੇਸ਼ੈਂਟ ਨੂੰ ਅਸੀਂ ਕੋਈ ਵੀ ਪ੍ਰੋਬਲਮ ਹੈ, ਸਾਡੀ ਐਂਬੂਲੈਂਸ ਪੇਸ਼ੈਂਟ ਨੂੰ ਉੱਥੋਂ ਲਿਆ ਸਕਦੀ ਹੈ ਅਤੇ ਇਸ ਏਰੀਏ ਤੋਂ ਜਿਹੜਾ ਹੈ ਮੋਗਾ ਸਾਈਡ, ਰਾਏਕੋਟ ਸਾਈਡ, ਬਰਨਾਲਾ ਸਾਈਡ, ਸਭ ਤੋਂ ਪਹਿਲਾਂ ਜਿਹੜਾ ਬੱਸ ਦਾ ਸਟੋਪ ਹੈ ਉਹ ਆਪਣਾ ਹਸਪਤਾਲ ਉੱਥੇ ਸਿਚੁਏਟਡ ਹੈ ਅਤੇ ਇਹਦੇ ਵਿੱਚ ਹਰ ਸਹੂਲਤ ਹੈ ਅਤੇ ਇਹ ਹੋਸਪਿਟਲ NABH ਐਕਰੀਡੇਟਡ ਹੈ, ਜੋ ਕਿ ਪੰਜਾਬ ਵਿੱਚ ਬਹੁਤ ਥੋੜ੍ਹੇ NABH ਐਕਰੀਡੇਟਡ ਹੋਸਪਿਟਲ ਹੁੰਦੇ ਹਨ। ਜਿਹੜੇ ਮਰੀਜ਼ ਨਸ਼ੇ ਦੇ ਆਦੀ, ਨਹੀਂ ਇਲਾਜ ਕਰਵਾਉਣਾ ਚਾਹੁੰਦੇ, ਘਰਦਿਆਂ ਦਾ ਕਹਿਣਾ ਨਹੀਂ ਮੰਨਦੇ, ਪੈਸੇ ਦਾ, ਜ਼ਮੀਨ ਜਾਇਦਾਦ ਦਾ ਉਜਾੜਾ ਕਰਦੇ ਹਨ, ਉਹ ਸਾਨੂੰ ਫੋਨ ਕਰਨ, ਅਸੀਂ ਉਹਨਾਂ ਮਰੀਜ਼ਾਂ ਨੂੰ ਐਂਬੂਲੈਂਸ 'ਤੇ ਲਿਆ ਸਕਦੇ ਹਾਂ ਅਤੇ ਜੇ ਸਾਨੂੰ ਫੈਮਿਲੀ ਮੈਂਬਰ ਸਪੋਰਟ ਕਰਨ ਤਾਂ ਅਸੀਂ ਉਹਨਾਂ ਦਾ ਵੀ ਇਲਾਜ ਬੜੇ ਆਰਾਮ ਨਾਲ ਕਰ ਸਕਦੇ ਹਾਂ। ਹਤਾਸ਼ ਹੋਣ ਦੀ ਲੋੜ ਨਹੀਂ, ਆਪਣੇ ਬੱਚਿਆਂ ਨੂੰ ਸਹੀ ਰਾਹ 'ਤੇ ਪਾਓ,
ਅਤੇ ਇਹ ਜਿਹੜਾ ਟੈਬਲੇਟ ਹੈ ਬੁਪਰੀਨੋਫੇਨ ਜਿਹੜੀ ਜੀਭ ਥੱਲੇ ਰੱਖਣ ਵਾਲੀ ਗੋਲੀ ਹੈ ਇਹਦੇ ਸਹੀ ਸਲਾਹ ਦੇ ਨਾਲ ਆਪਾਂ ਬੱਚਿਆਂ ਦਾ ਮਰੀਜ਼ਾਂ ਦਾ ਇਲਾਜ ਕਰਨਾ ਹੈ। ਜਦੋਂ ਵੀ ਕੋਈ ਐਮਰਜੈਂਸੀ ਹੋਵੇ ਸਾਨੂੰ ਫੋਨ ਕਾਲ ਹੋਵੇ ਸਾਡੇ ਹੋਸਪਿਟਲ ਵਿੱਚ ਅਨਾਊਂਸਮੈਂਟ ਹੋ ਜਾਂਦੀ ਹੈ ਕਿ ਇਹ ਐਮਰਜੈਂਸੀ ਪਹੁੰਚਣ ਵਾਲੀ ਹੈ। ਉਸੇ ਵੇਲੇ ਹਰ ਅਨਾਊਂਸਮੈਂਟ ਹਰ ਕਿਸਮ ਦੀ ਅਨਾਊਂਸਮੈਂਟ ਦੇ ਡਿਫਰੈਂਟ ਅਸੀਂ ਕੋਡ ਰੱਖੇ ਹੋਏ ਹਨ। ਸਟਾਫ ਅਲਰਟ ਐਮਰਜੈਂਸੀ 'ਚ ਤਿਆਰ ਹੁੰਦਾ ਅਤੇ ਮਰੀਜ਼ ਨੂੰ ਅਸੀਂ ਇਹ ਸੇਵਾ ਉਸੇ ਵੇਲੇ ਐਮਰਜੈਂਸੀ ਦੀ ਦੇ ਦਿੰਦੇ ਹਾਂ। ਮੇਰੀ ਇਹ ਅਪੀਲ ਹੈ ਕਿ ਬੱਚਿਆਂ ਨੂੰ ਬਚਾਓ, ਪੰਜਾਬ ਬਚਾਓ, ਸਰਕਾਰ ਦੇ ਇਸ ਇਤਿਹਾਸਿਕ ਫੈਸਲੇ ਦਾ ਫਾਇਦਾ ਉਠਾਓ, ਸਾਡੇ ਹੋਸਪਿਟਲ ਵਿੱਚ ਮੇਰੀ ਸਲਾਹ ਲਓ ਅਤੇ ਸਲਾਹ ਦੇ ਨਾਲ ਇਹ ਆਪਣਾ ਟ੍ਰੀਟਮੈਂਟ ਜਿਹੜਾ ਬੜਾ ਵਧੀਆ ਅਤੇ ਬੜਾ ਹੀ ਸਸਤਾ ਜਿਹੜਾ ਹੁਣ ਹੋ ਗਿਆ ਉਹਦਾ ਲਾਭ ਉਠਾਓ। ਇਸ ਹਸਪਤਾਲ ਵਿੱਚ MRI ਮਸ਼ੀਨ, CT ਸਕੈਨ, ਐਕਸਰੇ ਮਸ਼ੀਨ, ਮੈਮੋਗ੍ਰਾਫੀ, ਅਲਟਰਾਸਾਊਂਡ, ਈਕੋ, ਡੋਪਲਰ, ਫਾਈਬਰੋ ਸਕੈਨ, ਡੈਕਸਾ ਸਕੈਨ, EEG, ECG, TMT, ਪੋਲੋ ਲਵਾਟਰੀਜ, ਫਿਜੀਓਥਰੈਪੀ ਆਦਿ ਮਸ਼ੀਨਾਂ ਉਪਲਬਧ ਹਨ। 60 ਬਿੱਡਾਂ ਵਾਲਾ ਹਸਪਤਾਲ, ਸਭ ਤੋਂ ਵਧੀਆ ICU, 4 ਆਪਰੇਸ਼ਨ ਥੀਏਟਰ। ਹਰਿਸਨ ਹਸਪੀਟਲ ਦੇ ਵਿੱਚ ਡਾਕਟਰ ਗੁਰਪ੍ਰਤਾਪ ਸੰਧੂ ਦੀ ਦਵਾਈਆਂ ਨਾਲ ਤੇ ਮੇਰੀ ਸਲਾਹ ਨਾਲ, ਮੇਰੀ ਕਾਉਂਸਲਿੰਗ ਨਾਲ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ। ਕੰਟੀਨ, 24 ਘੰਟੇ ਐਂਬੂਲੈਂਸ ਸਰਵਿਸ, ਮੈਡੀਕਲ ਸਟੋਰ ਵੀ ਉਪਲਬਧ ਹੈ। ਬਿਲਕੁਲ ਮਰੀਜ਼ਾਂ ਨੂੰ ਗਾਈਡ ਕਰਕੇ ਤੇ ਬਿਲਕੁਲ ਵਧੀਆ ਦਵਾਈ ਤੇ ਘੱਟ ਤੋਂ ਘੱਟ ਰੇਟਾਂ ਤੇ ਦੇ ਰਹੇ ਹੋ, ਜਿਹੜੇ ਕਿ ਮਰੀਜ਼ਾਂ ਦੀ ਬਾਹਰ ਹਸਪਤਾਲਾਂ ਵਿੱਚ ਬਹੁਤ ਜ਼ਿਆਦਾ ਘੱਟ ਹੋ ਰਹੀ ਆ। ਜਿਵੇਂ 380 ਰੁਪਏ ਦਾ ਉਹ ਇੱਕ ਪੱਤਾ ਦੇ ਰਹੇ ਆ, ਤੇ ਉਹੀ ਪੱਤਾ ਮਤਲਬ ਦਵਾਈ ਦਾ ਇਹ 75 ਰੁਪਏ ਦਾ ਇੱਥੋਂ ਮਿਲ ਰਿਹਾ ਵਾ, ਬਿਲਕੁਲ ਕੰਟਰੋਲ ਰੇਟ ਤੇ ਵਧੀਆ ਕੁਆਲਿਟੀ। ਫਿਰ ਦੇਰ ਕਿਸ ਗੱਲ ਦੀ, ਨਸ਼ੇ ਵਿੱਚ ਡੁੱਬੇ ਹੋਏ ਮਰੀਜ਼ ਇੱਕ ਵਾਰ ਡਾਕਟਰ ਸਾਹਿਬ ਨੂੰ ਜ਼ਰੂਰ ਮਿਲਣ। ਔਰਿਸਨ ਹਸਪਤਾਲ, ਮੇਨ ਫਿਰੋਜ਼ਪੁਰ ਰੋਡ ਦੇ ਉੱਪਰ, ਆਗਰ ਨਗਰ ਬੱਸ ਸਟਾਪ ਜਿੱਥੇ ਆਟੋ ਰੁਕਦਾ ਹੈ ਇਸ ਦੇ ਬਿਲਕੁਲ ਨਾਲ। ਔਰਿਸਨ ਹਸਪਤਾਲ, ਮੋਬਾਈਲ ਨੰਬਰ 98 169 17 849।